ਪੂਰੀ ਦੁਨੀਆ ਨੂੰ ਜਮਹੂਰੀਅਤ ਦਾ ਪਾਠ ਪੜਾਉਣ ਵਾਲੇ ਅਮਰੀਕਾ ਦੇ ਨਜ਼ਰਬੰਦ ਕੇਂਦਰਾਂ ਵਿੱਚ ਰੱਖੇ ਭਾਰਤੀ ਪਨਾਹਗੀਰ ਜਿਨ੍ਹਾਂ ਵਿੱਚ ਜ਼ਿਆਦਾਤਰ ਸਿੱਖ ਨੌਜਵਾਨ ਹਨ ਨਾਲ ਅਣਮਨੁੱਖੀ ਵਤੀਰੇ ਅਤੇ ਮਨੁੱਖੀ ਅਧਿਕਾਰਾਂ ਦੀ ਸ਼ਰੇਆਮ ਉਲੰਘਣਾ ਹੋ ਰਹੀ ਹੈ ਤੇ ਅਮਰੀਕਾ ਵਿੱਚ ਮਨੁੱਖੀ ਹੱਕਾਂ ਦੀ ਖੈਰ ਖਵਾਹ ਸਭ ਤੋਂ ਵੱਡੀ ਅਮਰੀਕਨ ਸਿੱਖ ਜਥੇਬੰਦੀ ਵੱਲੋਂ ਇਸ ਮਸਲੇ ਨੂੰ ਅਮਰੀਕੀ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਇਸ ਤੇ ਹਾਲੇ ਕੋਈ ਕਦਮ ਨਹੀਂ ਚੁੱਕੇ ਗਏ। ਸਿੱਖ ਜਥੇਬੰਦੀ ਵੱਲੋਂ 1 ਅਪ੍ਰੈਲ ਨੂੰ ਇਸ ਬਾਰੇ ਇੰਸਪੈਕਟਰ ਜਨਰਲ ਅਤੇ ਇਮੀਗ੍ਰੇਸ਼ਨ ਤੇ ਕਸਟਮ ਇਨਫੋਰਸਮੈਂਟ ਦੇ ਦਫ਼ਤਰ ਵਿੱਚ ਬਕਾਇਦਾ ਲਿਖਤੀ ਸ਼ਿਕਾਇਤ ਦਿੰਦਿਆਂ ਧਿਆਨ ਇਸ ਪਾਸੇ ਦਵਾਇਆ ਗਿਆ ਕਿ ICE ਦੇ ਨਜ਼ਰਬੰਦ ਕੇਂਦਰਾਂ ਵਿੱਚ ਭਾਰਤੀ ਪਨਾਹ ਮੰਗਣ ਵਾਲਿਆਂ ਨਾਲ ਅਣਮਨੁੱਖੀ ਵਤੀਰਾ ਹੋ ਰਿਹਾ ਹੈ। ਆਪਣੇ ਪੱਤਰ ਵਿੱਚ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਨਜ਼ਰਬੰਦ ਸ਼ਰਨਾਰਥੀਆਂ 'ਚੋਂ ਬਹੁਤੇ ਸਿੱਖ ਹਨ ਅਤੇ ਅਮਰੀਕਾ ਵਿੱਚ ਪਨਾਹ ਮੰਗਣ ਲਈ ਆਪਣੇ ਕੇਸ ਦੇ ਤੈਅ ਸਮੇਂ ਤੋਂ ਕਾਫ਼ੀ ਵੱਧ ਸਮਾਂ ਲੱਗ ਜਾਣ ਤੋਂ ਖਫ਼ਾ ਹਨ। ਉਹਨਾਂ ਵੱਲੋਂ ਨਜ਼ਰਬੰਦ ਕੇਂਦਰਾਂ ਅੰਦਰ ਭੁੱਖ ਹੜਤਾਲ ਕੀਤੀ ਹੋਈ ਹੈ ਅਤੇ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਨੱਕ ਦੀ ਟਿਊਬ ਰਾਹੀਂ ਖਾਣਾ ਦੇਣ ਸਮੇਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਇਹ ਧਿਆਨ ਵਿੱਚ ਆਇਆ ਹੈ ਕਿ ਉਹਨਾਂ ਨਾਲ ਸਰੀਰਕ ਤੇ ਮਾਨਸਿਕ ਤੌਰ ਤੇ ਧੱਕਾ ਕੀਤਾ ਜਾ ਰਿਹਾ ਹੈ। ਭੁੱਖ ਹੜਤਾਲ ਤੇ ਜਬਰੀ ਖਾਣਾ ਖਵਾਉਣ ਲਈ ਜਿਸ ਨੇਜ਼ਲ ਟਿਊਬ ਦਾ ਇਸਤੇਮਾਲ ਅਮੂਮਨ ਕੀਤਾ ਜਾਂਦਾ ਹੈ ਉਸ ਤੋਂ ਵੱਡੀਆਂ ਨੇਜ਼ਲ ਟਿਊਬ ਵਰਤੀਆਂ ਜਾ ਰਹੀਆਂ ਨੇ ਤੇ ਭੁੱਖ ਹੜਤਾਲ ਨੂੰ ਧੱਕੇ ਨਾਲ ਖਤਮ ਕਰਵਾਉਣ ਲਈ ਨਜ਼ਰਬੰਦ ਕੇਂਦਰਾਂ ਦਾ ਅਮਲਾ ਇਹ ਸਭ ਕਰ ਰਿਹਾ ਹੈ। ਸਿੱਖ ਸੰਗਠਨ ਮੁਤਾਬਕ ਸਿੱਖ ਸ਼ਰਨਾਰਥੀਆਂ ਦੀ ਹਾਲਤ ਵਿਗੜ ਰਹੀ ਹੈ ਤੇ 3 ਮਾਰਚ ਨੂੰ ਜਿਨ੍ਹਾਂ ਕੇਂਦਰਾਂ ਵਿੱਚ ਫੇਰੀ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕੁਝ ਸ਼ਰਨਾਰਥੀਆਂ ਦੀ ਹਾਲਤ ਇਸ ਕਦਰ ਖਰਾਬ ਹੈ ਕਿ ਉਹ ਫਰਸ਼ ਤੇ ਡਿੱਗੇ ਹੋਏ ਨਜ਼ਰ ਆਏ। ਉਹਨਾਂ ਨੂੰ ਕੋਈ ਮੁੱਢਲੀ ਮਦਦ ਦੇਣ ਜਾਂ ਉੱਥੋਂ ਚੁੱਕਣ ਦੀ ਥਾਂ ਉਹਨਾਂ ਨੂੰ ਉੱਥੇ ਹੀ ਪਿਆ ਰਹਿਣ ਦਿੱਤਾ ਗਿਆ ਤੇ ਫਿਰ ਗਲਤ ਤਰੀਕੇ ਨਾਲ ਉੱਥੋਂ ਚੁੱਕ ਕੇ ਲਿਜਾਇਆ ਗਿਆ। ਇਸ ਦੇ ਨਾਲ ਹੀ ਸਿੱਖ ਸੰਗਠਨ ਨੇ ਧਿਆਨ ਇਸ ਪਾਸੇ ਵੀ ਦਵਾਇਆ ਕਿ ਇਹਨਾਂ ਕੇਂਦਰਾਂ ਵਿੱਚ ਨਜ਼ਰਬੰਦਾਂ ਨੂੰ ਭਾਸ਼ਾਈ ਸਮੱਸਿਆ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਨੂੰ ਪੰਜਾਬੀ ਜ਼ੁਬਾਨ ਜੋ ਕਿ ਉਹ ਚੰਗੀ ਤਰ੍ਹਾਂ ਜਾਣਦੇ ਹਨ ਉਸ ਵਿੱਚ ਲਿਖਤੀ ਮਟੀਰੀਅਲ ਮੁਹੱਈਆ ਨਹੀਂ ਕਰਵਾਇਆ ਗਿਆ ਤੇ ਨਾ ਹੀ ਕੋਈ ਦੁਭਾਸ਼ੀਏ ਦਾ ਪ੍ਰਬੰਧ ਹੈ। ਸਿੱਖ ਸ਼ਰਨਾਰਥੀਆਂ ਨੂੰ ਆਪਣੀ ਗੱਲ ਰੱਖਣ ਵਿੱਚ ਪਰੇਸ਼ਾਨੀ ਆ ਰਹੀ ਹੈ, ਖਾਸ ਕਰੋ ਮੈਡੀਕਲ ਸਹੂਲਤ ਲਈ ਆਪਣਾ ਪੱਖ ਸਹੀ ਤਰੀਕੇ ਨਾਲ ਰੱਖ ਸਕਣ ਵਿੱਚ ਵੀ ਅਸਮਰੱਥ ਨੇ। ਕੌਮੀ ਨਜ਼ਰਬੰਦੀ ਹੈਂਡਬੁੱਕ ਜਿਸ ਵਿੱਚ ਨਜ਼ਰਬੰਦੀਆਂ ਦੇ ਹੱਕਾਂ ਦੀ ਜਾਣਕਾਰੀ ਹੁੰਦੀ ਹੈ ਉਹ ਸਾਲ 2016 ਵਿੱਚ ਪੰਜਾਬੀ ਵਿੱਚ ਟ੍ਰਾਂਸਲੇਟ ਹੋ ਚੁੱਕੀ ਹੈ, ਪਰ ਐਲਪੈਸੋ, ਟੈਕਸਸ, ਓਟੀਰੋ, ਨਿਊ ਮੈਕਸੀਕੋ ਦੇ ਨਜ਼ਰਬੰਦ ਕੇਂਦਰਾਂ 'ਚ ਇਹ ਹਾਲੇ ਤੱਕ ਨਹੀਂ ਪਹੁੰਚੀ। ਪਨਾਹ ਲੈਣ ਵਾਲਿਆਂ ਦਾ ਸਾਲਾਂ ਤੋਂ ਲਟਕਦਾ ਮਾਮਲਾ 5ਵੀਂ ਸੋਧ ਜੋ ਕਿ ਇਸ ਨੂੰ ਯਕੀਨੀ ਬਣਾਉਂਦੀ ਹੈ ਉਸ ਦੀ ਕੋਰ ਉਲੰਘਣਾ ਹੈ। OIG ਨੇ ਆਪਣੀ ਸਾਲ 2017 ਦੀ ਇਹਨਾਂ ਕੇਂਦਰਾਂ ਦੀ ਫੇਰੀ ਦੌਰਾਨ ਇਹ ਖਾਮੀਆਂ ਪਾਈਆਂ ਸਨ। ਸੋ ਸਿੱਖ ਸੰਗਠਨਾਂ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਸਿੱਖ ਸ਼ਰਨਾਰਥੀਆਂ ਦੀ ਇਸ ਤਰਸਯੋਗ ਹਾਲਤ ਵੱਲ ਸੰਬੰਧਿਤ ਮਹਿਕਮੇ ਧਿਆਨ ਦੇਣ, ਇਹ ਮਨੁੱਖੀ ਹੱਕਾਂ ਦੀ ਸ਼ਰੇਆਮ ਉਲੰਘਣਾ ਹੈ। ਬਿਊਰੋ ਰਿਪੋਰਟ, ਸਿੱਖ ਨਿਊਜ਼ ਐਕਸਪ੍ਰੈਸ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।